ਬਾਬਾ ਬੋੜ ਗੁਰਦਾਸ ਮਾਨ ਦੇ ਫੈਨਸ ਲਈ ਵੱਡੀ ਖੁਸ਼ਖਬਰੀ। ਅੱਜ ਰਿਲੀਜ਼ ਹੋ ਗਈ ਉਹਨਾਂ ਦੀ ਨਵੀਂ ਐਲਬਮ ਜਿਸ ਦਾ ਨਾਮ ਹੈ ਸਾਊਂਡ ਆਫ ਸੋਇਲ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮੰਡ। ਬਾਬਾ ਬੋੜ ਗੁਰਦਾਸ ਮਾਨ, ਉਹਨਾਂ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਇਹ ਹੈ ਕਿ ਉਹਨਾਂ ਦੀ ਐਲਬਮ ਅੱਜ ਰਿਲੀਜ਼ ਹੋ ਚੁੱਕੀ ਹੈ ਜਿਸ ਦਾ ਨਾਮ ਹੈ ਸਾਊਂਡ ਆਫ ਸੋਇਲ। ਔਰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹਨਾਂ ਦੇ ਫੈਨਸ ਨੂੰ ਕਿ ਕਦੋਂ ਗੁਰਦਾਸ ਮਾਨ ਦੀ ਜਿਹੜੀ ਨਵੀਂ ਐਲਬਮ ਹੈ ਉਹ ਰਿਲੀਜ਼ ਹੋਵੇ। ਔਰ ਹੁਣ ਕਾਫੀ ਸਾਲਾਂ ਬਾਅਦ ਇੱਕ ਨਵੀਂ ਐਲਬਮ ਲੈ ਕੇ ਆਏ ਨੇ ਜਿਸ ਦਾ ਨਾਮ ਹੈ ਸਾਊਂਡ ਆਫ ਸੋਇਲ। ਔਰ ਬਾਬਾ ਬੋੜ ਐਵੇਂ ਨਹੀਂ ਕਿਹਾ ਜਾਂਦਾ, ਕਿਸੇ ਗੱਲੋਂ ਕਿਹਾ ਜਾਂਦਾ ਉਹਨਾਂ ਨੂੰ। ਜਦੋਂ ਲਾਈਵ ਸ਼ੋਅ ਦੇ ਵਿੱਚ ਉਹ ਛੱਲਾ ਗਾਉਂਦੇ ਨੇ ਤਾਂ ਜਿੰਨੇ ਵੀ ਅੱਗੇ ਦਰਸ਼ਕ ਬੈਠੇ ਨੇ ਉਹ ਨੱਚਣ 'ਤੇ ਮਜਬੂਰ ਹੋ ਜਾਂਦੇ ਨੇ। ਔਰ ਇਸ ਐਲਬਮ ਦੇ ਵਿੱਚ ਕੁੱਲ 9 ਗਾਣੇ ਨੇ। ਕਿਹੜੇ ਕਿਹੜੇ ਗਾਣੇ ਨੇ ਉਹਨਾਂ ਦੇ ਟਾਈਟਲ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਔਰ ਇਸ ਦੇ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਕਾਫੀ ਦਿਨ ਪਹਿਲਾਂ ਜਿਹੜਾ ਇਸ ਐਲਬਮ ਦਾ ਪਹਿਲਾ ਗਾਣਾ ਸੀ ਜਿਸ ਦਾ ਨਾਮ ਸੀ ਮੈਂ ਹੀ ਝੂਠੀ, ਇਹ ਗਾਣਾ ਜਿਹੜਾ ਕਾਫੀ ਲੋਕਾਂ ਵੱਲੋਂ ਉਹਨਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਗਿਆ। ਔਰ ਇਸ ਦਾ ਵੀਡੀਓ ਵੀ ਆ ਚੁੱਕਾ ਸੀ, ਆਡੀਓ ਵੀ ਆ ਚੁੱਕਾ ਸੀ, ਤੇ ਹੁਣ ਅੱਜ 3 ਅਕਤੂਬਰ ਨੂੰ ਇਹਨਾਂ ਸਾਰਿਆਂ ਗਾਣਿਆਂ ਦੀ 9 ਦੇ 9 ਗਾਣਿਆਂ ਦੀ ਆਡੀਓ ਜਿਹੜੀ ਰਿਲੀਜ਼ ਹੋ ਚੁੱਕੀ ਆ। ਅਸੀਂ ਤਾਂ ਆਡੀਓ ਸੁਣ ਲਿਆ ਆ, ਬਹੁਤ ਕਮਾਲ ਦੇ ਗਾਣੇ ਨੇ ਇਸ ਐਲਬਮ ਦੇ ਵਿੱਚ, ਤੁਸੀਂ ਵੀ ਜ਼ਰੂਰ ਸੁਣਿਓ। ਔਰ ਜੇਕਰ ਥੋੜ੍ਹਾ ਪਿੱਛੇ ਝਾਤ ਮਾਰੀਏ ਤਾਂ ਜਿੰਨੇ ਵੀ ਮਸਲੇ ਸੀ ਗੁਰਦਾਸ ਮਾਨ ਦੇ ਨਾਲ ਜੁੜੇ ਹੋਏ, ਚਾਹੇ ਉਹ ਬੱਤੀ ਵਾਲਾ ਮਸਲਾ ਹੋਵੇ, ਚਾਹੇ ਉਹ ਮਾਂ ਬੋਲੀ ਵਾਲਾ ਮਸਲਾ ਹੋਵੇ, ਇੱਕ ਨਿੱਜੀ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਨੇ ਇਹਨਾਂ ਸਾਰਿਆਂ ਮਸਲਿਆਂ ਨੂੰ ਮੁੱਖ ਰੱਖਦੇ ਹੋਏ ਪੰਜਾਬੀਆਂ ਤੋਂ ਮਾਫ਼ੀ ਮੰਗੀ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ, ਇਹ ਮੈਨੂੰ ਮਾਫ਼ ਕਰ ਦੇਣਗੇ, ਪਰ ਮੈਨੂੰ ਨਹੀਂ ਸੀ ਪਤਾ ਕਿ ਪੰਜਾਬੀ ਹਾਲੇ ਵੀ ਦਿਲ ਦੇ ਵਿੱਚ ਮੇਰੇ ਲਈ ਗੁੱਸਾ ਰੱਖ ਕੇ ਬੈਠੇ ਨੇ। ਔਰ ਇੱਕ ਵਾਰ ਉਹਨਾਂ ਨੇ ਦੁਬਾਰਾ ਇੰਟਰਵਿਊ ਖਤਮ ਹੁੰਦੇ ਹੁੰਦੇ ਇਹ ਵੀ ਕਿਹਾ ਕਿ ਮੈਂ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫ਼ੀ ਮੰਗਦਾ। ਔਰ ਹੁਣ ਗੁਰਦਾਸ ਮਾਨ ਕਾਫ਼ੀ ਚਰਚਾ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਬੈਕ ਟੂ ਬੈਕ ਉਹ ਸ਼ੋਅ ਕਰਦੇ ਪਏ ਨੇ। ਲਾਸਟ ਉਹਨਾਂ ਦਾ ਜਿਹੜਾ ਸ਼ੋਅ ਸੀ ਇੰਦੌਰ ਦੇ ਵਿੱਚ ਸੀ, ਉਸ ਤੋਂ ਬਾਅਦ ਹੁਣ ਉਹ ਵਿਦੇਸ਼ ਦੇ ਵਿੱਚ ਸ਼ੋਅ ਲਾਉਂਦੇ ਨਜ਼ਰ ਆਉਣਗੇ। ਔਰ ਇਸ ਦੇ ਨਾਲ ਹੀ ਹੁਣ ਵੱਖ ਵੱਖ ਥਾਵਾਂ 'ਤੇ ਉਹ ਸ਼ੋਅ ਲਾਉਂਦੇ ਜਿਹੜਾ ਨਜ਼ਰ ਆਉਣ ਵਾਲੇ ਨੇ। ਔਰ ਪਿਛਲੇ ਦਿਨੀ 10-15 ਦਿਨ ਪਹਿਲਾਂ ਉਹਨਾਂ ਦਾ ਇੱਕ ਸ਼ੋਅ ਸੀ ਲੁਧਿਆਣੇ ਦੇ ਵਿੱਚ, ਜੋ ਕਾਫੀ ਵੱਡੇ ਤਾਦਾਦ ਦੇ ਵਿੱਚ ਲੋਕ ਉੱਥੇ, ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਨੇ, ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਉੱਥੇ ਪਹੁੰਚੇ ਸਨ। ਸੋ ਇਸ ਐਲਬਮ ਦੇ ਵਿੱਚ ਕਿਹੜੇ 9 ਗਾਣੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇਸ ਐਲਬਮ ਦੇ ਵਿੱਚ ਸਭ ਤੋਂ ਪਹਿਲਾ ਗਾਣਾ ਹੈ ਜਿਸ ਦਾ ਨਾਮ ਹੈ ਮੈਂ ਹੀ ਝੂਠੀ। ਦੂਸਰੇ ਗਾਣੇ ਦਾ ਨਾਮ ਹੈ ਲੱਗੀਆਂ ਨੇ ਮੌਜਾਂ। ਤੀਸਰੇ ਗਾਣੇ ਦਾ ਨਾਮ ਹੈ ਚਿੱਟੇ ਚਿੱਟੇ ਦੰਦਾਂ। ਇਸ ਤੋਂ ਬਾਅਦ ਅਗਲੇ ਗਾਣੇ ਦਾ ਨਾਮ ਹੈ ਮਾਂ ਬੋਲੀ। ਅਗਲੇ ਗਾਣੇ ਦਾ ਨਾਮ ਹੈ ਵੇ ਸੋਹਣਿਆ। ਤੇ ਉਸ ਤੋਂ ਬਾਅਦ ਜਿਹੜਾ 6ਵਾਂ ਗਾਣਾ ਉਸਦਾ ਨਾਮ ਹੈ ਪੰਛੀ ਉੱਡ ਗਏ। 7ਵੇਂ ਗਾਣੇ ਦਾ ਨਾਮ ਹੈ ਦੇਖ ਲੈਲਾ। 8ਵੇਂ ਗਾਣੇ ਦਾ ਨਾਮ ਹੈ ਵਿਦੇਸਾਂ ਨੂੰ। ਔਰ 9ਵਾਂ ਜਿਹੜਾ ਗਾਣਾ ਹੈ ਉਸਦਾ ਨਾਮ ਹੈ ਟੱਪੇ। ਔਰ 8 ਗਾਣਿਆਂ ਤੋਂ ਬਾਅਦ ਗੁਰਦਾਸ ਮਾਨ ਨੇ ਪਹਿਲੀ ਵਾਰ ਅਖੀਰ ਦੇ ਵਿੱਚ ਇੱਕ ਨਵਾਂ ਜਿਹੜਾ ਫਲੇਵਰ ਲੈ ਕੇ ਆਏ ਨੇ, ਟੱਪੇ ਲੈ ਕੇ ਆਏ ਨੇ। ਸੋ ਇਹ ਦੇਖਣਾ ਹੋਵੇਗਾ ਕਿ ਟੱਪੇ ਜਿਹੜੇ ਤਾਂ ਅਸੀਂ ਵਿਰਾਸਤੀ ਸੁਣਦੇ ਹਾਂ ਜੋ ਸੱਭਿਆਚਾਰ ਦੇ ਵਿੱਚ ਨੇ ਉਹੀ ਹੋਣਗੇ ਜਾਂ ਫਿਰ ਇੱਕ ਆਪਣਾ ਫਲੇਵਰ ਦਿੱਤਾ ਗੁਰਦਾਸ ਮਾਨ ਨੇ। ਸੋ ਸਾਨੂੰ ਸੁਣ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਜਿਹੜੇ 9 ਦੇ 9 ਗਾਣੇ ਨੇ ਤੁਹਾਨੂੰ ਕਿਵੇਂ ਦੇ ਲੱਗੇ ਨੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।